ਆਈਆ ਇਹ ਸੂਟ ਆ ਗਿਆ ਡੋਲ ਵਾਲਾ ਆ ਸੋਹਣਾ ਨਾ ਸਾਰੀ ਵੈਰਾਈਟੀ ਮਿਲੂਗੀ ਟੈਨਸ਼ਨ ਨਾ ਲਓ ਹਲੋ ਜੀ ਇਹ ਤੇ ਛੇਡਾ ਬਹੁਤ ਪਿਆਰੀਆਂ ਪਿਆਰੀਆਂ ਚਾਰੇ ਇਹ ਲੋ ਕਿੰਨੇ ਘੈਂਟ ਸੂਟ ਦੇ ਦੇਖੋ ਬਲੈਕ ਬੋਰਡ ਡਿਫਰੈਂਟ ਹੈਗਾ ਇਹਦਾ ਪ੍ਰਾਈਸ ਜਿਹੜਾ ਨਹੀਂ ਉਹ ਤੁਹਾਨੂੰ ਲਾਸਟ ਤੇ ਦੱਸਾਂ ਕੀ ਪ੍ਰਾਈਸ ਹੈਗੇ ਨੇ ਹਲੋ ਹਾਂ ਕਿੰਨੇ ਸੋਹਣਾ ਸੂਟ ਹੈਨਾ ਦੇਖੋ ਹੁਣ ਚਾਰਾ ਕਿਹੜੀ ਸ਼ੇਡ ਕਰੀਏ ਆਪਾਂ ਖਲਚੀਆਂ ਦਾ ਸਭ ਤੋਂ ਵੱਡਾ ਬ੍ਰਾਂਡ ਪੱਪੂ ਸ਼ਾਹ ਕਲੋਥ ਹਾਊਸ ਰੱਖੜੀ ਦੀ ਖੁਸ਼ੀ 'ਚ ਵੰਡ ਰਿਹਾ ਜੀ ਫ੍ਰੀ ਸੂਟ ਸਾਰਿਆਂ ਨੂੰ ਕਿਮ ਕਰਦੇ ਆ ਨਾਲੇ ਤੁਹਾਨੂੰ ਦਿੱਤੇ ਜਾ ਰਹੇ ਜੀ ਆ ਬਲੂਟੁੱਥ ਹੈਡਫੋਨ ਬਿਲਕੁਲ ਫ੍ਰੀ ਹੁਣ ਅਸੀਂ ਨਵੀਂ ਸਕੀਮ ਲਾਤੀ ਆ ਸਮਾਰਟ ਵਾਚ ਸਿਰਫ ਸ਼ੇਅਰਿੰਗ ਕਰਨ ਦੇ ਸਮਾਰਟ ਵਾਚ ਲਾਤੀ ਆ ਸਕੀਮ ਹੁਣ ਨਵੀਂ ਸ਼ੁਰੂ ਹੋ ਗਈ ਭਾਜੀ ਜੀ 5000 ਬੰਦਾ ਆਵੇ ਭਾਵੇਂ 10000 ਬੰਦਾ ਆਵੇ ਕਿੰਨੇ ਦਾ ਸੂਟ ਆ 295 ਰੁਪਏ ਸੂਟ ਤੇ ਇੱਕ ਫ੍ਰੀ 295 ਰੁਪਏ ਦਾ ਮਤਲਬ ਹੈ 145 ਰੁਪਏ ਸੂਟ ਤੁਹਾਡੀ ਸਿਹਤ ਜਿਹੜੇ ਆ ਡੋਲ ਵਾਲੇ ਸੂਟ ਆ ਇਹਦਾ ਪ੍ਰਾਈਸ ਇਸ ਟਾਈਮ ਚੱਲ ਰਿਹਾ 595 ਰੁਪਏ ਰੇਟ ਇਸ ਟਾਈਮ ਹੈਗਾ 595 ਰੁਪਏ ਜੇ ਹੋਰ ਵੀ ਤੁਸੀਂ ਸਸਤੇ ਜਿਹੜੇ ਸੂਟ ਦੇਖਣੇ ਆ ਤੇ ਵਲੌਗ ਨਾਈਟ ਤੱਕ ਜ਼ਰੂਰ ਦੇਖਿਓ ਸਾਰੇ ਜਣੇ ਫਿਰ ਪੈ ਗਿਆ 4 ਨਿੰਬੂ ਦਾ ਇਹ ਕਿ ਵੀਰ ਜੀ ਪਾਣੀ ਜੇ ਬੜਾ ਇਹਦੇ ਨਿੰਬੂਆਂ ਨੇ ਛੱਡਿਆ ਪਾਣੀ ਡੈਡੀ ਨੇ ਤੇ ਬੰਦਾ ਡਾਵੇ ਨਾ ਨਾ 4 ਪਾਉਣ ਧੁੱਪੇ ਰੱਖ ਵਿੱਚ ਵੜ ਜਾ ਠੰਡ ਪੈ ਜੀ ਇਹ ਸਿੱਧੇ ਡੱਬੇ 'ਚ ਜਾਣਾ ਜੋ ਛੱਡਦੇ ਭਰਾਵਾ ਰਹਿਣ ਦੇ ਇਹਨੂੰ ਇੱਧਰ ਮੰਮੀ ਠੀਕ ਨਹੀਂ ਮੈਂ ਤੇ ਮੰਮੀ ਚੱਲੇ ਦਵਾਈ ਲੈਣ ਮੰਮੀ ਦਾ ਲੱਗਦਾ ਬੀਪੀ ਅੱਜ ਵਧਿਆ ਵਾ ਖਣੀ ਕਿ ਜਾਂ ਘਟਿਆ ਵਾ ਵੈਲਕਮ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਆਪਾਂ ਖਾਸ ਕਰਕੇ ਅੱਜ ਵਾਲਾ ਵਲੌਗ ਜਿਹੜਾ ਨਹੀਂ ਹੈ ਲੇਡੀਜ਼ ਤੇ ਆ ਲੇਡੀਜ਼ ਤੇ ਠੀਕ ਹੈ ਜਿੰਨੀਆਂ ਜਿਹੜੀਆਂ ਕੁੜੀਆਂ ਨੇ ਨਾ ਮੇਰੀਆਂ ਭੈਣਾਂ ਤੇ ਨਵੇਂ ਨਵੇਂ ਸੂਟ ਤੁਹਾਨੂੰ ਅੱਜ ਦੇਖਣ ਨੂੰ ਮਿਲਣਗੇ ਉਹ ਵੀ ਬਹੁਤ ਹੀ ਜੈਨੂਇਨ ਜੇ ਪ੍ਰਾਈਜ਼ ਦੇ 400-500 ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਸੂਟ ਮਿਲਣਗੇ ਤੇ ਸੰਦੀਪ ਵੀ ਚੱਲੀ ਲੈਣ ਵਾਸਤੇ ਤੇ ਹੁਣ ਪਹਿਲਾਂ ਆਪਾਂ ਕਿਰਨ ਦੀਦੀ ਹੋਣਾ ਵੱਲ ਜਾਵਾਂਗੇ ਉਹਨੂੰ ਨਾਲ ਲੈਣਾਂਗੇ ਨਾ ਕਿਰਨ ਨੂੰ ਹਰਗੁਣਾ ਸਾਹ ਕਰਨਾ ਚੜਿਆ ਤੈਨੂੰ ਐਵੇਂ ਬੋਲੀ ਜਾਂਦੀ ਹੈ ਐਵੇਂ ਕਿੱਲੀ ਜਾਂਦੀ ਹੈ ਕਿ ਨਹੀਂ ਹਰਗੁਣ ਹਰਗੁਣ ਪਿਆਰੇ ਮੇਰੇ ਆਪਾਂ ਹੁਣ ਚੱਲ ਪਏ ਹਾਂ ਘਰੋਂ ਤੇ ਦੀਦੀ ਹੋਣਾਂ ਨੂੰ ਨਾਲ ਲੈ ਲਿਆ ਆਪਾਂ ਤੇ ਅੱਜ ਮੋਸਟਲੀ ਜਿਹੜੇ ਨੇ ਆ ਤੁਹਾਨੂੰ ਸੂਟ ਹੀ ਸਸਤੇ ਵੇਖਣ ਨੂੰ ਮਿਲਣਗੇ ਇਹ ਅੱਜ ਦਾ ਵਲੌਗ ਜ਼ਿਆਦਾ ਬਸ ਲੇਡੀਜ਼ ਦੇਖਣ ਵੀ ਜੈਂਟਸ ਦਾ ਕੋਈ ਫਾਇਦਾ ਨਹੀਂ ਕਿਉਂਕਿ ਜੈਂਟਸ ਕੁਛ ਨਹੀਂ ਹੈਗਾ ਵੀ ਲੇਡੀਜ਼ ਸੂਟ ਹੀ ਅੱਜ ਦਿਖਾਉਣੇ ਤੁਹਾਨੂੰ ਆ ਜਿਹੜੇ ਸਸਤੇ ਸਸਤੇ ਆ ਤੇ ਸਾਰੇ ਜਣੇ ਜਿੱਥੇ ਸਸਤੇ ਸੂਟ ਮਿਲਦੇ ਨੇ ਤੇ ਆਰਡਰ ਕਰ ਲਿਓ ਵੀ ਤੇ ਔਨਲਾਈਨ ਵੀ ਇਹਨਾਂ ਦਾ ਕੰਮ ਹੈਗਾ ਆ ਠੀਕ ਆ ਮੈਂ ਨੰਬਰ ਮੈਂਸ਼ਨ ਕਰ ਦਾਂਗਾ ਦੁਕਾਨ ਵਾਲਿਆਂ ਦਾ ਲੈਵੇ ਮਹਿਤੇ ਚੌਂਕ ਦੇ ਵਿੱਚ ਤੁਹਾਨੂੰ ਪਤਾ ਹੀ ਜਦੋਂ ਅੱਜ ਕਿ ਪੰਜਾਬ ਬੰਦ ਆ ਉੱਥੇ ਕਾਫੀ ਆਪਣਾ ਲੋਕ ਜਿਹੜੇ ਨੇ ਖੜੇ ਸੀਗੇ ਚੌਂਕ ਬੰਦ ਕੀਤਾ ਸੀਗਾ ਤੇ ਵਲ ਵਲ ਪਾ ਕੇ ਤੇ ਹੁਣ ਆ ਇਧਰੋਂ ਪਿੰਡਾਂ ਪੁੰਡਾਂ ਦੇ ਵਿੱਚੋਂ ਨਹੀਂ ਜਾਣ ਡੇ ਆ ਬਾਬਾ ਇਹ ਕੰਮ ਔਖਾ ਵਾ ਪਰ ਜਾਣਾ ਜ਼ਰੂਰ ਹੈ ਜੋ ਮਰਜ਼ੀ ਹੋ ਜਾਵੇ ਬਸ ਲੈਵੇ ਪਹੁੰਚ ਗਏ ਆ ਖਲਚੀਆਂ ਇੱਥੋਂ ਹੁਣ ਦੁਕਾਨ ਜਿਹੜੀ ਆ ਲੋਕੇਸ਼ਨ ਤੇ ਪਹੁੰਚ ਗਈ ਦੁਕਾਨ ਦੁਕਾਨ ਤੇ ਆ ਗਏ ਆਪਾਂ ਪਰ ਹੁਣ ਇੱਥੇ ਚਲੋ ਕੋਈ ਨਹੀਂ ਦੇਖਦੇ ਆ ਸੂਟ ਫਿਰ ਵੀ ਨਾ
ਖਿਚੜੀ ਜਾਣ ਕਾਫੀ ਸਾਰੇ ਹੈਗੇ ਭਾਜੀ। ਨਹੀਂ ਉਹ ਚੀਜ਼ ਨਹੀਂ ਹੈਗੀ, ਉਹੀ ਚੀਜ਼ ਚਾਹੀਦੀ ਹੈ, ਸੇਮ ਚੀਜ਼ ਹੋ। ਬਿਲਕੁਲ ਪੁਰਾਣੇ ਪੀਸ ਥੋੜੀ ਤਾਂ ਦਿਖਾ ਰਹੇ, ਬਿਲਕੁਲ ਨਿਊ ਆਈਟਮ ਆ ਜੀ। ਨਹੀਂ ਨਹੀਂ ਰਹਿਣ ਦੇ, ਨਹੀਂ ਨਹੀਂ ਸੇਮ ਨਹੀਂ ਹੈ, ਉਹ ਚੀਜ਼ ਨਹੀਂ ਹੈਗੀ। ਨਹੀਂ ਨਹੀਂ ਉਹ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਚਾਹੀਦੀ, ਡਬਲ ਚਾਹੀਦੀ। ਦੁਕਾਨ ਅਸੀਂ ਗਲਤ 'ਚ ਵੜ ਗਏ ਸੀ, ਉਹਨਾਂ ਨੇ ਸਾਨੂੰ ਅਸਲ ਧੱਕੇ ਨਾ, ਉਹਨਾਂ ਨੇ ਕਹਿੰਦਾ ਨਹੀਂ ਇਹੋ ਹੀ ਦੁਕਾਨ, ਇਹੋ ਹੀ ਉਹਨਾਂ ਧੱਕੇ ਨਾ ਕਹਿ ਤਾ। ਦੁਕਾਨ ਅਸਲੀ ਆਹ ਆ, ਪੱਪੂ ਦੀ ਦੁਕਾਨ, ਪੱਪੂ ਸ਼ਾਹ। ਅਸੀਂ ਪਹੁੰਚ ਗਏ ਹਾਂ ਸ਼ੋਪ 'ਤੇ, ਅਤੇ ਇੱਥੋਂ ਹੁਣ ਸੂਟ ਦੇਖਦੇ ਹਾਂ। ਅਸਲੀ ਮੇਨ ਦੁਕਾਨ ਆਹ ਵਾਲੀ ਹੈ ਭਾਜੀ ਹੋਣਾ ਦੀ, ਅਤੇ ਇਹ ਭਾਜੀ ਹੋਣਾ ਵੀ ਤੁਸੀਂ ਪਹਿਚਾਣ ਕਰ ਲਓ, ਬਸ ਇਹਨਾਂ ਦੁਕਾਨ ਭਾਜੀ ਹੋਣਾ ਜੀ ਆਪਣੀ, ਠੀਕ ਆ। ਇੱਕ ਪਿੱਛੇ ਵੀ ਦੁਕਾਨ ਹੈਗੀ, ਉਹਨਾਂ ਨੇ ਤੁਹਾਨੂੰ ਧੱਕੇ ਨਾ ਕਹਿਣਾ ਆ ਵੀ ਉਹ ਪਿੱਛੇ ਆ ਸਾਡੀ ਦੁਕਾਨ, ਸਾਡੀ ਦੁਕਾਨ। ਜੇ ਤੁਸੀਂ ਇੱਥੋਂ ਦੇ ਕਸਟਮਰ ਜੇ ਤੁਸੀਂ ਇੱਥੇ ਆਉਣਾ ਚਾਹੁੰਦੇ, ਫਿਰ ਇਹਨਾਂ ਦੁਕਾਨ ਜਿਹੜੀ ਅੱਗੇ ਆ ਉਹ ਨੁੱਕਰ ਵਾਲਿਆਂ ਤੁਹਾਨੂੰ ਘੇਰਨਾ ਨਹੀਂ ਜੀ, ਸਾਡੀ ਸਾਡੀ 'ਚ ਆ ਜਾਓ ਤੁਸੀਂ। ਹਰਗੁਣ 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 ਜਿਹੜੀ ਸਾਡੀ ਆ, ਹਰਗੁਣ ਹਰਗੁਣ ਜਿਹੜੀ ਸਾਡੀ ਹੁਣ ਸੂਟ ਵੇਖੂਗੀ, ਸੂਟਾਂ ਦੇ ਵਿੱਚ ਵੇਖ ਪਈ ਲੰਮੀ ਨਹੀਂ ਰੱਖਦਾ ਕੋਈ ਨਹੀਂ, ਇਹਦਾ ਧਿਆਨ ਹੀ ਸੂਟਾਂ ਦੀ ਕਰਤੀ ਆ। ਸ਼ੁਰੂਆਤ ਭਾਜੀ ਹੋਣਾ ਨੇ ਹੁਣ ਦਿਖਾਉਣਗੇ ਨਵੇਂ ਨਵੇਂ ਸੂਟ ਜਿਹੜੇ ਨੇ, ਅਤੇ ਇੱਕ ਆਹ ਡੋਲ ਵਾਲਾ ਭਾਜੀ ਹੋਣਾ ਲੱਗੇ ਦਿਖਾਉਣ। ਬਟਰਫਲਾਈ, ਇਹ ਬਟਰਫਲਾਈ ਹਾਂਜੀ ਭਾਜੀ, ਇਹ ਬਟਰਫਲਾਈ ਬਹੁਤ ਚੱਲਣ ਦਿਆ, ਏਦਾਂ ਇਹਦੀ ਫਰੰਟ ਆ ਜੋ, ਏਦਾਂ ਇਹਦੀ ਬੈਕ ਜੋ, ਠੀਕ ਹੈ ਜੀ। ਬਹੁਤ ਡਿਫਰੈਂਟ ਚੀਜ਼ ਹੈਗਾ ਜੀ, ਬਹੁਤ ਸੋਹਣਾ ਲੱਗੇਗਾ। ਹਾਲਾਂ ਇਹਦੇ ਨਾਲ ਦੁਪੱਟਾ ਹੈਗਾ, ਇਹ 'ਚ ਡੋਲ ਵਾਲਾ ਵੀ ਮਿਲ ਜਾਏਗਾ ਭਾਜੀ, ਲੈ ਕੇ ਆਇਆ ਮੈਂ, ਵੇਟ ਕਰੋ ਠੀਕ ਹੈ। ਡੋਲ ਵਾਲਾ ਦਿਖਾਓ ਜਿਹੜਾ ਆਪਾਂ ਮੇਨ ਸੂਟ ਲੈਣ ਵਾਸਤੇ ਆਏ, ਡੋਲ ਵਾਲਾ ਉਹ ਤੁਹਾਨੂੰ ਦਿਖਾਉਂਦੇ ਹਾਂ। ਡੋਲ ਡੋਲ ਤੁਸੀਂ ਮੇਰੀ ਡੋਲ ਆ ਨਾ, ਆਹ ਵੀ ਕਿੰਨਾ ਪਿਆਰਾ ਰਿਹਾ, ਆਹ ਵੀ ਕਿੰਨਾ ਪਿਆਰਾ ਆ, ਉਹਨਾਂ ਸੋਹਣਾ ਨਾ ਖਿਲਾਰਾਂ ਭਲਾ, ਜ਼ਿਆਦਾ ਨਾ ਖੁੱਲੀ ਥੋੜ੍ਹਾ ਜਿਹਾ ਖੋਲ, ਦੁਪੱਟਾ ਨਹੀਂ ਸਹੀ ਆ, ਇਹ ਸਿਰ ਦੇ ਉੱਤੇ ਟਿਕਦਾ ਨਹੀਂ ਹੈਗਾ, ਹੈ ਨਾ, ਉੱਦਾਂ ਸੋਹਣਾ ਹੈ ਸੂਟ, ਸੋਹਣਾ ਹੈ ਨਾ। ਲੈ ਵੀ ਆਹ ਸੂਟ ਆ ਗਿਆ ਡੋਲ ਵਾਲਾ, ਸੋਹਣਾ ਸੋਹਣਾ ਹੈ ਨਾ, ਚਲੋ ਆ ਕਰਾਉਣਾ ਜਿਹੜਾ, ਹਾਂ ਹਾਂ ਓਕੇ ਜੀ। ਇਹਦਾ ਬੜੀਆਂ ਪਿਆਰੀਆਂ ਜੋ ਗਿਫਟਾਂ ਦੀ ਚੀਜ਼ ਹੈਗੀ ਜੋ, ਬਹੁਤ ਪਿਆਰੀ ਚੀਜ਼, ਤੂੰ ਵੀ ਲੈਣਾ ਹੈ, ਤੂੰ ਵੀ ਲੈਣਾ ਸੂਟ, ਸੂਟ ਵੀ ਲੈਣਾ ਮੇਰੀ ਧੀ ਨੇ, ਮੇਰੀ ਪਿਆਰੀ ਨੇ, ਆਵੇ ਆਵੇ ਸੰਦੀਪਾ ਕਿੰਨਾ ਪਿਆਰਾ ਹੀ ਲੈ ਵੀ, ਜਿਵੇਂ ਦਾ ਤੂੰ ਸੂਟ ਪਸੰਦ ਕੀਤਾ ਉਵੇਂ ਦਾ ਭਾਜੀ ਹੋਣਾ ਨੇ ਮੰਗਵਾ ਦਿੱਤਾ ਹੈ, ਭਾਜੀ ਹੋਣਾ ਨੇ ਕੀਤੀ ਪਲ ਬਟਾ ਫਲ ਸੇਵਾ।
ਕਿਰਨ ਆ ਦੇਖੀ ਜਾਈ ਬਾਊ ਉਹ ਹਰਗੁਣ ਮੈਂ ਕਿੱਦਾਂ ਰਹੇ ਲੱਗੀ ਚਾਹ ਪੀਣੀ ਚਾਹ ਆਪਾਂ ਨਹੀਂ ਪੀਣੀ ਜਿਹੜਾ ਆਹ ਵਾਲਾ ਆਹ ਵਾਲਾ ਸੰਦੀਪ ਉਹ ਵੀ ਸੂਟ ਲੱਗਾ ਉਹ ਵਾਈਟ ਉਹ ਵਾਈਟ ਵੀ ਦੁਪੱਟਾ ਤੇ ਐਵੇਂ ਹੀ ਅੱਛਾ ਜਿਹੜਾ ਹੁਣੇ ਵੇਖਣ ਡੇ ਸੀ ਆਪਾਂ ਅੱਜ ਹੁਣੇ ਮੈਂ ਵੀਡੀਓ 'ਚ ਵੇਖਣ ਡੇ ਨਿਕਲਿਆ ਜੀ ਤੁਸੀਂ ਤੁਸੀਂ ਕਿਹੜੇ ਕੱਪੜੇ 'ਚ ਲਗੇ ਕਿਹੜੇ ਕੱਪੜੇ 'ਚ ਲਗੇ ਵੇਖਣਾ ਤੂੰ ਫੋਨ ਵੇਖਣਾ ਫੋਨ ਵੇਖਣ ਡੀ ਜੇ ਲੱਭ ਜਾਂਦਾ ਲਗਭਗ ਭਾਜੀ ਮੇਰੀ ਕੁੜੀ ਦਾ ਵੀ ਸੂਟ ਮਿਲ ਜੂ ਕਿੱਥੋਂ ਕਰੀ ਚਲੋ ਠੀਕ ਆ ਜੀ ਇਹਦਾ ਵੀ ਲੈਣਾ ਫਿਰ ਆਪਾਂ ਅੱਛਾ ਹੈਗਾ ਰੈਡੀਮੇਡ ਇਹਦਾ ਵੀ ਲਓ ਜੀ ਕਰਨ ਦੀ ਨੇ ਕਰ ਲਿਆ ਸੂਟ ਪਸੰਦ ਪਰ ਉਦੋਂ ਮੈਂ ਸਵਾ ਰਿਹਾ ਸੀ ਗੁੱਡੀਆ ਇਹ ਸੂਟ ਇੱਥੇ ਪਿਆ ਹੋਣਾ ਵੇਚੀ ਕਿਤੇ ਇੱਧਰ ਦੋ ਗੱਪੇ ਇੱਕ ਸੰਦੀਪ ਨੇ ਕੀਤਾ ਹੈ ਅਤੇ ਇੱਕ ਕਰਨ ਦੀ ਨੇ ਕੀਤਾ ਬੈਠੇ ਹੁਣ ਇੱਥੇ ਆਈ ਕੋਈ ਨੀ ਭਾਜੀ ਹੁਣ ਚਲ ਗਏ ਆ ਉਹ ਸੂਟ ਵੈਸੇ ਸਾਡੇ ਵਾਸਤੇ ਲੈਣ ਗਏ ਆ ਉਹ ਗੋਦਾਮ ਤੋਂ ਹੋਣ ਦੇ ਨਹੀਂ ਲੱਗੇ ਬੈਠੋ ਅਜੇ ਚਾਹ ਪੀ ਕੇ ਜਾਣੀ ਆ ਜਾਂਦੀ ਵਾਰੀ ਵਾਪਸ ਜਾਂਦੇ ਮੈਨੂੰ ਪਤਾ ਤੁਹਾਡੇ ਸਿਰ ਨੂੰ ਪੀੜ ਹੋਣ ਡਈ ਆ ਅਜੇ ਭਾਜੀ ਆਈ ਭਾਗ ਜਸ਼ਨ ਡੀ ਤੁਹਾਨੂੰ ਅੱਜ ਸਹੀ ਹੈ ਨਾ ਨਹੀਂ ਪਰ ਜਸ਼ਨ ਡੀ ਮਜ਼ਾਕ ਨਹੀਂ ਹੈ ਸੀਰੀਅਸ ਨਹੀਂ ਭਾਜੀ ਸਹੀ ਗੱਲ ਹੈ ਸਹੀ ਲੱਗੀ ਲੈ ਭਾਜੀ ਹੁਣ ਸੂਟ ਲੈ ਕੇ ਆਏ ਜੀ ਹੁਣ ਆਵੇ ਸੂਟ ਕਿਉਂ ਲੈ ਦੇ ਕਰ ਦਿਓ ਕਰ ਦਿਖਾ ਦਿਓ ਦਿਖਾ ਦਿਓ ਡਿਜ਼ਾਇਨਿੰਗ ਤਾਂ ਉੱਦਾਂ ਇਹ ਆ ਵੀ ਕਾਫੀ ਜ਼ਿਆਦਾ ਹੁੰਦੀ ਪਰ ਜੇ ਬੰਦਾ ਟਾਈਮ ਨਾਲ ਆਵੇ ਨਾ ਫਿਰ ਡਿਜ਼ਾਇਨਿੰਗ ਜਿਹੜੀ ਨਹੀਂ ਜ਼ਿਆਦਾ ਵਗੈਰਾ ਜਿਹੜੇ ਸੂਟ ਹੈ ਨਾ ਫਿਰ ਜਲਦੀ ਲੱਭ ਜਾਂਦੇ ਹੁਣ ਸਾਰੇ ਸੂਟ ਹੀ ਖੁੱਲ੍ਹ ਗਿਆ ਫਿਰ ਪਤਾ ਨਹੀਂ ਲੱਗਦਾ ਕਿਸੇ ਵੇਲੇ ਟੋਟਲੀ ਦੇਖੋ ਕਿੱਦਾਂ ਉੱਧਰ ਵੀ ਢੇਰ ਲੱਗੇ ਆ ਉਹ ਉੱਧਰ ਵੀ ਢੇਰ ਲੱਗਾ
ਇੱਧਰ ਵੀ ਢੀਰ ਆ, ਆਹ ਪਰਲੀ ਸਾਈਡ ਵੀ ਸਾਰੇ ਬੰਨੇ ਸੂਟ ਸਾਰੇ ਖੁੱਲ੍ਹ ਗਏ ਨੇ। ਆਹ ਦੇਖੋ ਲੈ ਜੀ, ਹੁਣ ਹੋ ਗਏ ਭਾਉ ਚੇਂਜ। ਹੁਣ ਹੋਰ ਛੱਡੋ ਰੰਗ ਨੂੰ, ਬਹੁਤ ਡਿਫਰੈਂਟ ਦਿਖਾ ਦਿਓ, ਦਿਖਾ ਦਿਓ, ਬਹੁਤ ਪਿਆਰਾ ਸਰ। ਹਲੋ ਇੱਥਾਂ ਨਹੀਂ ਭਾਈ, ਆਹ ਦਿਖਾਓ ਜੀ, ਬਹੁਤ ਪਿਆਰਾ ਜੀ, ਦਿਖਾਓ ਇਹਦੇ ਨਾਲ ਵੀ ਹੋ ਗਿਆ ਥੋੜਾ ਚੰਗਾ ਹੈ ਇਹਦੇ ਚ ਕਲਰ। ਹਾਂਜੀ ਇਹ ਚ ਸ਼ੇਡਸ ਮਿਲ ਜੀਗੀ ਇੱਕ, ਦਿਖਾਓ ਇੱਕ ਦੋ ਸ਼ੇਡ ਜਿਹੜੀਆਂ ਹੈਗੀਆਂ। ਆਹ ਚੀਜ਼ ਚੰਗੀ ਆ ਰਹੀ ਹੈ, ਇੱਕ ਚੀਜ਼ ਨੂੰ ਉਹ ਚੀਜ਼ ਨਹੀਂ ਤੈਨੂੰ ਛੱਡ ਗਾ ਯਾਰ, ਬਹੁਤ ਡਿਫਰੈਂਟ ਆਈ ਨਵੀਂ ਚੀਜ਼ ਆਈ ਹੈ ਜੀ, ਟ੍ਰੈਂਡਿੰਗ ਲੱਗ ਰਿਹਾ ਜੋ ਕੋਲ ਇੱਕ ਛੇੜਾ ਕਿਸ ਇਦਾਂ ਕਹਿ ਕੇ ਤੁਸੀਂ ਮੈਂ ਇਦਾਂ ਕਹਿ ਹੈ ਤੁਹਾਨੂੰ ਪਤਾ ਐਂਡ ਚੀਜ਼ ਮਿਲੂਗੀ, ਇਦਾਂ ਕਹਿ ਕੇ ਮੈਂ ਤੁਸੀਂ ਬੰਦੇ ਦਾ ਕੁੰਡਾ ਕਰਾ ਛੱਡ ਦੇ। ਚੀਜ਼ਾਂ ਤਾਂ ਹੈ ਹੈ ਤੇ ਇਹ ਗੱਲ ਹੈ, ਕਲਰ ਤਾਂ ਲਗਭਗ ਵੈਸੇ ਹੋ ਰਹੀ ਹੈ ਹਨਾ। ਇੱਕ ਇਹਦੇ ਵਿੱਚ ਕਲਰ ਆ, ਉਹ ਬੜਾ ਪਸੰਦ ਕੀਤਾ ਆ। ਚਲੋ ਜੀ ਚੱਲੀਏ, ਲੈ ਵੀ ਇੱਧਰ ਰੈਡੀਮੇਡ ਦਾ ਵੀ ਕੰਮ ਹੈਗਾ ਭਾਈ ਹੋਣਾਂ ਦਾ, ਮੈਂ ਕਹਿੰਦਾ ਗਾਹਕ ਜਾਣ ਨਹੀਂ ਦੇਣਾ, ਬੱਚਿਆਂ ਵਾਲੇ ਵੀ ਆ ਵੇਖੋ ਹਰ ਇੱਕ ਵਰਾਇਟੀ ਹੈ। ਚੱਲੀਏ ਅੰਦਰ, ਇਹ ਦੁਕਾਨ ਸਿਰਫ ਗਰਲਿਸ਼ ਆ, ਇੱਕ ਸਾਡੀ ਦੁਕਾਨ ਹੈਗੀ ਆ ਜੈਂਟਸ ਦੀ, ਉਹ ਕਾਊਂਟਰ ਵੱਖਰਾ, ਉਹ ਵੀ ਤੁਹਾਨੂੰ ਮੈਂ ਨਿਗਾਹ ਕਰਾਉਣਾ ਉਹ ਤੁਹਾਨੂੰ। ਚਲੋ ਜੀ ਆਹ ਹੁਣ ਦੂਜੀ ਦੁਕਾਨ ਤੇ ਚੱਲਦੇ ਹਾਂ, ਆਹ ਦੁਕਾਨ ਤੇ ਚੈੱਕ ਕਰ ਲਓ, ਗਾਹਕ ਨਹੀਂ ਮੁੜਨ ਦੇਣਾ, ਮੁੱਕਦੀ ਗੱਲ ਇਹ ਆ ਕਹਿੰਦੇ ਭਾਜੀ। ਇੱਧਰ ਦਸਤਾਰਾਂ ਵੀ ਮਿਲਣਗੀਆਂ ਵੇਖੋ ਤੁਸੀਂ, ਹਾਂ ਪੱਗਾਂ ਦੀ ਮੈਂ ਦੱਸ ਦਿੱਤਾ। ਆਹੋ ਹੁਣ ਅੱਗੇ ਚੱਲਦੇ ਹਾਂ, ਮੈਂ ਕਹਿੰਦਾ ਬਾਜ਼ਾਰ ਜਦੋਂ ਭਾਅ ਜੀ ਹੋਣਾ ਦੱਸੇ ਪਾ ਕੇ ਐਵੇਂ ਇਹਦੇ ਬੋਧੀ ਘੈਂਟ ਆ, ਬੋਧੀ ਘੈਂਟ ਪੂਰੀ ਜੀ। ਇੱਧਰ ਜੈਂਟਸ ਕੰਮ, ਇਹ ਭਾਅ ਜੀ ਸਾਰੀ ਦੀ ਸਾਰੀ ਟੋਟਲ ਜੈਂਟਸ, ਇਹਦੇ ਬੋਆਇਜ਼ ਦਾ ਟੋਟਲ ਬੋਆਇਜ਼ ਦਾ ਵਾ, ਜੋ ਰੈਡੀਮੇਡ ਆ ਜੋ ਏ ਬੀ ਸੀ ਸਾਰਾ ਜੈਂਟਸ ਦਾ ਹੈਗਾ ਵਾ, ਆਫਰ ਵਾਲਾ ਵੀ ਦੂਜਾ ਤੀਜਾ ਸਾਰੇ ਦਾ ਸਾਰਾ ਸੈਕਸ਼ਨ ਇੱਥੇ ਜੈਂਟਸ ਦਾ ਹੈਗਾ। ਦੇਖੋ ਟੀ ਸ਼ਰਟ ਲੱਗੀਆਂ ਨੇ, ਟੀ ਸ਼ਰਟ ਲੱਗੀਆਂ ਨੇ, ਟੈਪਰੀ ਜੀਨਸ ਸਾਹਮਣੇ ਸਾਰੀ ਵਰਾਈਟੀ ਫੁੱਲ ਫਲੈਜ ਹੈਗੀ। ਭਾਈ ਦਾ ਖਰਚਾ ਦੇ ਕਰਨ ਕੋਈ ਨਾ ਕੋਈ ਹਾਂ, ਖਰਚਾ ਦੇ ਖਰਚ ਲਓ ਕੋਈ 100-200 ਕੁਛ ਨਹੀਂ ਹੁੰਦਾ। ਵਿਖਾ ਦਿਓ ਪੂਰੀ ਬਲੈਕ, ਵਿਖਾ ਦਿਓ ਯਾਰ ਲੈ ਵੀ। ਸੰਦੀਪ ਕਹਿੰਦੀ ਆ ਵੀ ਸੂਟ ਦੇ ਨਾਲ ਮੈਚਿੰਗ ਕਰੋ ਟੀ ਸ਼ਰਟ, ਟੀ ਸ਼ਰਟ ਲੈਣੀ ਬਸ ਇੱਕ ਅੱਧੀ, ਅੱਧੀ ਮਿਲਣੀ ਨਹੀਂ ਇੱਕ ਲੈਣੀ ਪੈਣੀ। ਉਹ ਆ ਗਏ ਸੂਟ, ਕਿਰਨ ਦੀਦੀ ਵਾਲਾ ਸਾਈਡ ਕਰਦੇ ਵਾਈਟ ਸਾਈਡ, ਤੁਸੀਂ ਜੇ ਮੈਚਿੰਗ ਕੋਈ ਕਰਨੀ ਦੇ ਨਾਲ ਵੇਖ ਲਓ ਜੇ ਕੋਈ ਥੋੜ੍ਹੀ ਬਹੁਤ ਇਹਦੇ ਨਾਲ ਸ਼ਰਟ ਪਾਲਾਂਗੇ ਹੈ ਨਾ, ਰੱਖੜੀ ਕਰਦੇ ਹਾਂ ਟੀ ਸ਼ਰਟ ਜੀ ਯਾਰ ਚੰਗੀ ਥੋੜ੍ਹੀ ਲੱਗੀ ਹੈ। ਲੈ ਵੀ ਇੱਕੋ ਕਰ ਲਈ ਹੈ, ਇਹਦੇ ਨਾਲ ਹੀ ਪੈ ਜਾਣੀ ਅਤੇ ਇਹਦੇ ਨਾਲ ਵੀ ਤੁਹਾਨੂੰ ਪਤਾ ਮੈਂ ਕਰਦਾ ਨਾ, 6 ਮਹੀਨੇ ਬਾਅਦ ਇੱਕ ਵਾਰੀ ਟੀ ਸ਼ਰਟ ਲੈਣੀ ਹੁੰਦੀ ਆਪਾਂ, ਬਸ ਆਹ ਕਰਦੇ ਯਾਰ ਇੱਕੋ ਬਾਅਦ ਲੈ ਆਪਾਂ ਹੀ ਘੱਟ ਆ, ਆਪਾਂ ਵੀ ਲਈ ਵੀਰ ਆ, ਇਹ ਆਪਾਂ ਲਈਏ। ਭਾਅ ਜੀ ਕਹਿੰਦੇ ਆਪਾਂ ਲੈ ਲਈਏ ਇੱਕ ਸ਼ਰਟ, ਮੈਂ ਹਾਂ ਆਪਾਂ ਵੀ ਲੈ ਲਈ ਫਿਰ ਇੱਕ ਲੈ ਵੀ ਵੇਖ ਲਓ, ਗਾਹਕ ਨਹੀਂ ਟੁੱਟਦਾ ਹੈਗਾ ਵੀ ਆਪੇ ਹਿਸਾਬ ਲਾ ਲਓ ਵੀ ਕੁਆਲਿਟੀ ਫਿਰ ਕੰਮ ਘੈਂਟ ਹੋਊਗਾ ਪੂਰਾ ਕਹਿੰਦੀ ਜੀ। ਹੋ ਲੈ ਇੱਕ ਭਰਾਵਾ ਲੈ ਵੀ ਉੱਪਰ ਆ ਗਏ ਜੀ, ਲਗਾਉਂਦੇ ਇੱਥੇ ਕੋਟ ਪੈਂਟ ਦਾ ਕੱਪੜਾ, ਪੈਂਟ ਲਈ ਜੀ। ਇਹ ਟੋਟਲ ਕਿਡਸ ਦਾ ਸੈਕਸ਼ਨ ਹੈ, ਬੱਚਿਆਂ ਦੀ ਵਰਾਇਟੀ ਆ, ਟੋਟਲ ਦਾ ਟੋਟਲ ਬੱਚਿਆਂ ਦਾ ਸਾਰਾ ਮਾਲ ਹੈ, ਰੈਡੀਮੇਡ ਛੋਟੇ ਬੱਚਿਆਂ ਦਾ ਤੋਂ ਲੈ ਕੇ ਵੱਡੇ ਬੱਚੇ ਦਾ, ਬੋਰਨ ਬੇਬੀ ਤੋਂ ਲੈ ਕੇ ਮਤਲਬ 10 ਸਾਲ ਦੇ ਬੱਚੇ ਦਾ, ਸਾਹਮਣੇ ਵੀ ਸਾਰੀ ਵਰਾਇਟੀ ਆ, ਤੁਹਾਡੇ ਪਿੱਛੇ ਵੀ ਆ।
ਇੱਧਰ ਸਰ ਦਾ ਸਾਰਾ ਹੈਗਾ ਜੀ ਕੋਟ ਪੈਂਟ। ਉਹ ਕੋਟ ਪੈਂਟ ਦਾ ਜਿਹੜਾ ਤੁਸੀਂ ਦੱਸਣ ਦੇ ਕਿ 3 ਪੀਸ ਦਾ ਕੀ ਪ੍ਰਾਈਸ? 3 ਪੀਸ ਤੇ 2 ਪੀਸ ਦੇ ਆਫਰ ਸਾਡੀ ਲੱਗੀ 3000 ਚ ਕੱਪੜਾ ਵੀ ਤੇ ਸਵਾਈ ਵੀ, 3000 ਚ 2 ਪੀਸ, 4000 ਚ 3 ਪੀਸ, 3 ਸਾਲ ਦੀ ਗਰੰਟੀ ਨਾਲ ਆ। ਸਾਡੀ ਆਫਰ ਲੱਗੀ ਆਪਾਂ ਇੰਸਟਾਗ੍ਰਾਮ ਪੇਜ ਤੇ ਆਪਣੇ ਪਾਈ ਹੋਈ ਆ, ਟੋਟਲ ਚੈੱਕ ਕਰ ਲਓ। ਕੁੜਤੇ ਪਜਾਮੇ ਦੀ ਆਫਰ ਲੱਗੀ 1200 ਦੇ 4, 1200 ਦੇ 4 ਕੁੜਤੇ ਪਜਾਮੇ, ਉਹ ਵੀ ਅਸੀਂ ਆਹ ਆਫਰ ਲਾਈ ਆ 1200 ਦੇ 4। ਮਤਲਬ ਕਹਿਣ ਦਾ ਵਾ ਸਾਰਾ ਪੰਜਾਬ ਹੀ ਹਿਸਾਬ ਨਾਲ ਹਿਲਾਇਆ ਜੇ ਕੀ ਰੇਟ ਆਪਣਾ ਕੱਢਿਆ, ਦੇਖੋ ਚੈੱਕ ਕਰੋ। 1200 ਦੇ 4 ਲਾਏ ਆ ਭਾਜੀ, ਭਾਈਆਂ ਦੀ ਆਈਡੀ ਚੈੱਕ ਕਰੋ, ਇਹ ਆਈਡੀ ਇਹਨਾਂ ਦੀ, ਇਹ ਆਹ ਚੈੱਕ ਕਰੋ, ਇਹ ਅੱਗੇ 3 ਹੀ ਰੱਖੜੀ ਕਰਕੇ ਆਫਰ ਕਰਦੀ ਹੈ, 300 ਰੁਪਏ ਦਾ ਕੁੜਤਾ ਪਜਾਮਾ ਕਰਦਾ ਜੀ। 1200 ਦੇ 4 ਕੁੜਤੇ ਪਜਾਮੇ ਗਰੰਟੀ ਵੀ ਨਾਲ। ਅੱਛਾ ਅੱਛਾ, ਇਹ ਕੋਟ ਪੈਂਟ ਦੀ ਆਫਰ ਸਾਡੀ ਲੱਗੀ ਆ, ਇਹ ਵੇਖੋ ਇਹ ਕੋਟ ਪੈਂਟ ਦੀ ਪੋਸਟ ਸਾਡੀ ਚੈੱਕ ਕਰੋ। ਨੌਕੇ ਵਾਲੀ ਪੈਂਟ ਛੱਡਿਆ ਜੇ ਵਿਆਹ ਸ਼ਾਦੀ ਲੋਕ ਨੌਕੇ ਲੈਂਦੇ ਆ ਨਾ, 100-100 ਪੀਸ, 50-50 ਪੀਸ ਦੇਣ ਲੈਣ ਨੂੰ। ਇੱਧਰ ਦੇਖੋ ਸੀ ਆਰ ਐਮ ਦੀ ਪੈਂਟ ਸ਼ਰਟ ਇੱਕ ਦੇ ਨਾਲ ਇੱਕ ਫ੍ਰੀ, ਸੀ ਆਰ ਐਮ ਦੀ ਪੈਂਟ ਸ਼ਰਟ ਇੱਕ ਦੇ ਨਾਲ ਇੱਕ ਫ੍ਰੀ, ਸੀ ਆਰ ਐਮ ਚੈੱਕ ਤੁਸੀਂ। ਰਾਇਲ ਇਨ ਦਾ 4 ਕੁੜਤੇ ਪਜਾਮੇ ਤੁਹਾਨੂੰ ਮੈਂ ਦੱਸੇ ਆ 1200 ਦੇ 4, ਚੈੱਕ ਭਾਈ ਹੁਣਾਂ ਨੇ ਸਾਨੂੰ ਤਾਂ ਪਿਆਰ ਦਿੱਤਾ ਹੀ ਦਿੱਤਾ ਨਾ ਮੇਰੀ ਗੁੜੀਆਂ ਨੂੰ, ਆਹ ਦੇਖੋ ਲੈ ਉਹ ਛੇਤੀ ਨਾਲ ਮੂੰਹ ਪਾਉਣ ਲੱਗ ਗਈ, ਆਪਾਂ ਨੂੰ ਵਾਚ ਮਿਲੀਆਂ ਨਾ ਉਹ ਮੈਂ ਜਾ ਕੇ ਘਰੇ ਦਿਖਾਵਾਂਗਾ, ਪਹਿਲਾਂ ਨਹੀਂ ਦਿਖਾਉਣੀਆਂ ਹੁਣ ਤੁਹਾਨੂੰ। ਲੈ ਵੀ ਸ਼ੋਪਿੰਗ ਜਿਹੜੀ ਆ ਉਹ ਹੋ ਗਈ ਹੈ ਡਨ, ਹੁਣ ਆਪਣੀ ਹੁਣ ਆਪਾਂ ਚੱਲੇ ਹਾਂ, ਕਰਦੇ ਹਾਂ ਕਤਰਦੇ ਹਾਂ, ਪੈਸੇ ਜ਼ਿਆਦਾ ਹੀ ਖਿਲਵਾ ਦਿੱਤੇ ਸੰਦੀਪ ਹੋਣਾਂ ਨੇ, ਪਰ ਰੇਟ ਜਿਹੜਾ ਉਹ ਜਾਇਜ਼ ਜੈਨੂਅਨ ਪ੍ਰਾਈਜ਼ ਦਾ ਠੀਕ ਆ ਵੀ, ਤੁਹਾਨੂੰ ਘਰ ਜਾ ਕੇ ਰੇਟ ਵੀ ਜ਼ਰੂਰ ਦੱਸਾਂਗੇ, ਇੱਦਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਓਕੇ ਜੀ, ਓਕੇ ਓਕੇ, ਚਲੋ ਆ ਜਾਓ ਆ ਜਾਓ ਹੁਣ। ਆਹ ਦੁਕਾਨ ਵਾਲੇ ਵੀ ਐਵੇਂ ਧੱਕੇ ਨਾਲ ਖਿੱਚ ਕੇ ਖੜੀ ਜਾਂਦੇ ਆ, ਜਿਹੜੇ ਨੁੱਕਰ ਵਾਲੇ ਉਹ ਅੱਗੇ ਦੁਕਾਨ ਆ, ਦੁਕਾਨ ਉਹ ਅੱਗੇ ਆ ਬੋਰਡ ਕਾਫੀ ਜ਼ਿਆਦਾ। ਇੱਥੇ ਜਦੋਂ ਤੁਸੀਂ ਪਹੁੰਚ ਗਏ ਨਾ ਇੱਥੇ, ਜਾਂ ਮੰਨ ਲਓ ਇੱਧਰੋਂ ਆਉਂਦੇ ਇੱਥੇ ਪਹੁੰਚ ਗਏ ਤਾਂ ਤੁਸੀਂ ਉਹ ਸਮਝ ਲਓ ਵੀ ਅੱਗੇ ਆ ਪਰਲੇ ਕਰਦਾ, ਉੱਧਰੋਂ ਜਲੰਧਰ ਰੋਡ ਤੋਂ ਆਉਂਦੇ ਫਿਰ ਪਰਲੀ ਸਾਈਡ ਤੋਂ ਆਉਣਾ ਪੈਣਾ ਤੁਹਾਨੂੰ। ਲੈ ਵੀ ਬਟਾਲੇ ਆਪਾਂ ਪਹੁੰਚ ਗਏ ਹਾਂ, ਭਾਜੀ ਨੇ ਅਸੀਂ ਦੇਖੋ ਪਰਲੇ ਬੰਨੇ ਕਰਦਾ ਸ਼ੀਸ਼ੇ ਦੇ ਭਾਫ ਚੜ੍ਹ ਗਈ ਹੈ, ਮੇਰੇ ਨਾਲ ਤਾਂ ਚੜ੍ਹੀ ਆ ਮਾੜੀ। ਚਲੋ ਕੋਈ ਗੱਲ ਨਹੀਂ, ਹੋ ਜਾਣਾ ਏਸੀ ਘਟਾ ਦਿਓ ਭਾਈ, ਥੋੜ੍ਹਾ ਜਿਹਾ ਹੋਰ ਠੰਡ 'ਚ ਯਾਰ ਲੈ ਲੱਗਣਾ। ਆਪਣੀ ਗੱਡੀ ਵੇਖ ਲਈਏ, ਸਾਡੀ ਗੱਡੀ ਨੂੰ ਕਿਸੇ ਲੀਕ ਤਾਂ ਨਹੀਂ ਪਾਈ ਵੀ, ਗੱਡੀ ਸਾਡੀ ਠੀਕ ਆ, ਕਿਸੇ ਸ਼ਤਾਨੀ ਤਾਂ ਨਹੀਂ ਕੀਤੀ ਹੈ ਜੋਤ? ਤੂੰ ਸ਼ਤਾਨੀ ਨਹੀਂ ਕਰਨ ਲੈਣੀ ਤਾਂ ਹੈ, ਮੇਰੇ ਮਾਮੂ ਦੀ ਗੱਡੀ ਆ, ਤੂੰ ਕਹਿਣਾ ਹੈ ਨਾ ਮੇਰੇ ਮੇਰੇ ਮਾਮੂ ਦੀ ਗੱਡੀ ਆ, ਛੱਡੀਆਂ ਚਾ ਵਧੀਆ ਕੀਤਾ ਜੀ। ਆਹ ਦੇਖੋ ਨਾਲੇ ਵੋਚ ਮਿਲੀ ਇਹ ਕਿਰਨ ਦੀਦੀ ਹੋਣਾਂ ਨੂੰ ਸੂਟ ਦੇ ਨਾਲ, ਕਿਰਨ ਦੀਦੀ ਦਾ ਸਵੇਰੇ ਜਨਮ ਦਿਨ ਆ, ਬਰਥਡੇ ਆ, ਅਤੇ ਇੱਥੋਂ ਬੈਕਰੀ ਤੋਂ ਕੁਛ ਨਾ ਕੁਛ ਪਤਾ ਨਹੀਂ ਕੀ ਲੈਣਾ ਇਹਨਾਂ ਨੇ ਸਮਾਨ ਸਮੂਨ, ਕਿਰਨ ਦੀਦੀ ਹੋਣਾਂ ਨੇ ਉਹ ਲੈ ਲਵਾਂਗਾ ਇੱਥੋਂ ਬੈਕਰੀ ਤੋਂ, ਰਿਆੜ ਬੈਕਰੀ, ਬੈਕਰੀ ਤਾਂ ਦੇਖੋ ਬਹੁਤ ਪਿਆਰੀ ਬਣਾਈ ਹੈ ਕਿਸੇ ਨੇ, ਇੱਧਰ ਵੀ ਆ ਦੇਖੋ ਬੈਠਣ ਵਾਸਤੇ ਵੀ ਹੁਣ ਵਧੀਆ ਨਾ, ਉਹ ਕੀ ਚੀਜ਼ ਸੀ ਉਹ ਜਿਹੜੀ ਆ, ਬੜਾ ਵਧੀਆ ਸਮਾਨ ਜਿਹਾ ਲੈਣ ਡਿਆ, ਮੈਂ ਤਾਂ ਗੁੜੀਆਂ ਨੂੰ ਸਵਾਉਣ ਡਿਆ, ਮੈਂ ਚੱਲ ਕੋਈ ਤਾਂ ਨਹੀਂ, ਸੰਦੀਪ ਨੇ ਅੱਗੇ ਫੜੀ ਸੀਗੀ ਗੁੜੀਆ ਤਾਂ ਮੈਂ ਚੱਲ ਹੁਣ ਪਾਉਂ ਸਾਹ ਲੈ, ਹੁਣ ਮੈਂ ਹਾਂ ਇੱਥੇ ਬਹਿ ਜਾਂਦਾ ਹਾਂ। ਬੜਾ ਵਧੀਆ ਲੱਗਾ, ਬਾਬੂ ਮੇਰੇ ਕੋਲ ਸੁੱਤਾ ਆ, ਇਹਨਾਂ ਦੀ ਡਿਊਟੀ ਅੱਜ ਲੱਗੀ ਆ ਹਰਗੁਣ ਨੂੰ ਸਾਂਭਣ ਦੀ, ਤੇ ਆਪਾਂ ਕਰ ਰਹੇ ਹਾਂ ਸ਼ੋਪਿੰਗ। ਹਰ ਕੋਈ ਸਾਹ ਲੈ ਰਿਹਾ,
ਫਿਰ ਉਹ ਦੀਦੀ ਦਾ ਬਰਥਡੇ 'ਤੇ ਆਪਾਂ ਸਮਾਨ ਖਰੀਦਦੇ ਪਏ ਹਾਂ ਇੱਥੋਂ, ਅਤੇ ਆਹ ਸਿਲੈਕਟ ਕਰ ਲਿਆ ਸਮਾਨ। ਕਹਿੰਦੇ ਨਹੀਂ ਦੀਦੀ, ਕਹਿੰਦੇ ਖਲਾਰਾ ਬੜਾ ਪੈਂਦਾ। ਹੁਣ ਕਰਾਂਗੇ ਕੇਕ ਸਿਲੈਕਟ, ਸਮਝ ਨਹੀਂ ਆ ਰਹੀ। ਇੱਧਰ ਭਾਜੀ ਹੁਣੀ ਡੇ ਨੇ ਗੱਡੀ ਚਲਾਉਣ, ਬਹਿ ਜਾ ਕਰਾਈ ਜਾਂਦੇ। ਹੁਣ ਭਾਜੀ ਵੀ 70 ਤੇ ਚੜਾਉਣ ਡੇ ਗੱਡੀ ਨੂੰ, ਹੈ ਮੇਰੇ ਭਾਜੀ ਕਿੱਥੇ, ਹੌਲੀ ਹੌਲੀ ਬਸ 50-60 ਦੀ ਸਪੀਡ ਰੱਖਦੇ ਹੁੰਦੇ, ਪਹਿਲਾਂ 60 ਦੀ ਸਪੀਡ ਹੁੰਦੀ, ਅੱਜ 70 ਦੀ ਹੋਈ ਮਾਂ। ਹੈ ਗਾਣਾ ਵੇਖ ਤੇ ਲੱਗਾ ਕਿਉਂ ਆਈ ਸ਼ਾਸ਼ੇ ਤੋਈ ਨਾ ਸਹੇਲੀਆਂ ਸਾਹਮਣੇ ਕਲੀ ਨੂੰ ਪਾਵੇ ਗੋਲੀ ਮਾਰ। ਡੈਡੀ ਨੇ ਪਹਿਲਾਂ ਬੂਹਾ ਖੋਲਿਆ ਬੜਾ ਚਲਾਕ, ਡੈਡੀ ਪਤਾ ਸੀ ਇਹਨੂੰ ਆਉਣਾ ਪਕੜਾਇਆ ਹੀ ਸੋਹਣਾ, ਸੋਹਣਿਆ ਪਹੁੰਚ ਗਏ ਸੀ ਆਪਾਂ ਘਰੇ, ਅਤੇ ਹੁਣ ਡੈਡੀ ਨੂੰ ਜਿਹੜਾ ਉਹਨਾਂ ਨੇ ਸਾਨੂੰ ਬੜੇ ਪਿਆਰ ਨਾਲ ਗਿਫਟ ਦਿੱਤੇ ਹੋਏ ਨੇ ਉਹ ਡੈਡੀ ਨੂੰ ਦਿਖਾਉਂਦੇ। ਹਰਗੁਣ ਨੂੰ ਸਾਡੀ ਨੂੰ ਵੀ ਭਾਈ ਦੂਜਾ ਗਿਫਟ ਮਿਲ ਗਿਆ, ਵੇਖ ਲਓ ਹਰਗੁਣ ਨੇ ਸਪੈਸ਼ਲ ਗਿਫਟ ਦਿੱਤਾ ਉਹਨੇ, ਆਹ ਸਪੈਸ਼ਲ ਹਰਗੁਣ ਨੂੰ ਦਿੱਤਾ ਉਹਨਾਂ ਨੇ ਗਿਫਟ ਦੁਕਾਨ ਵਾਲਿਆਂ ਨੇ। ਹਾਂ ਤੁਸੀਂ ਮੰਨਦੇ ਸਾਨੂੰ ਤਾਂ ਬੜਾ ਵੱਡਾ ਧਰਨਾ ਲੱਗਾ ਸੀ, ਅਤੇ ਉਹ ਡੈਡੀ ਜੀ ਉਹਨੇ ਆਪਾਂ ਨੂੰ ਤਾਂ ਗਿਫਟ ਦੇ ਦਿੱਤਾ ਨਾ, ਮੁੜ ਕੇ ਨਾ ਹਰਗੁਣ ਖਾਲੀ ਹੱਥ ਖਲੋਤੀ, ਕਹਿੰਦਾ ਇਹ ਹਰਗੁਣ ਇਹਨੂੰ ਗੁੱਡੀਆਂ ਨੂੰ ਦਿਓ ਇੱਕ ਗਿਫਟ, ਇਹਨੂੰ ਹੈੱਡਫੋਨ ਦਿੱਤੇ ਆ ਦਿੱਤੇ ਨਾਲ, ਮੈਂ ਆ ਦਿੱਤੇ ਨਾਲ ਉਹਨਾਂ ਨੇ ਗਿਫਟ ਨਿਕਲ ਜਾਣਾ ਸਾਈਡ ਤੋਂ ਆ ਵੀ ਨਿਕਲ ਗਈ ਸਹੀ ਹੈ। ਅੱਛਾ ਆਪਣਾ ਬਲੈਕ ਨਿਕਲਿਆ ਵਾਲਾ ਕਵਰ, ਆਪਣਾ ਬਲੈਕ ਵਧੀਆ ਹੋ ਗਿਆ। ਕਿਰਨ ਹੋਣਾ ਦਾ ਸੰਤਰੀ ਨਿਕਲਿਆ ਵਾ, ਸੰਤਰੀ ਕਲਰ ਉਹਦਾ ਔਰੇਂਜ, ਹਾਂ ਬਹੁਤ ਵਧੀਆ ਆ। ਮਾੜੀ ਇਹ ਟੱਚ ਆ, ਨਾਲੇ ਇਹਨੂੰ ਚਾਰਜਰ ਲੱਗ ਜਾਣਾ, ਇਸ਼ਤ ਬੜੀ ਕੀਤੀ ਉਹਨਾਂ ਨੇ। ਹਾਂ ਜੀ ਅੱਛਾ, ਨਾਲ ਆ ਸਭ ਦਿੱਤੀਆਂ ਟੂਟੀਆਂ ਜੀ ਅੱਛਾ ਇਹਦੇ ਨਾਲ ਮਿਲੀਆਂ ਨੇ ਲੈ ਵੀ। ਇਹ ਹੈੱਡਫੋਨ ਚਾਰਜਰ ਲਾਉਣਾ ਪੈਣਾ ਹਨੀ ਭਾਜੀ ਹੁਣ ਚੱਲ ਗਈ, ਹੁਣ ਆਪਣੀ ਚਲਾ ਕੇ ਦੇਖਦੇ ਹਾਂ ਸਾਡੇ ਚੱਲਦੀ ਹੈ ਜਾਂ ਨਹੀਂ ਚੱਲਦੀ, ਚਲਾ ਕੇ ਦੇਖਾਂਗੇ। ਇਹ ਟੁੱਕਣ ਲੱਗ ਪਈ ਤੋਤੇ ਵਾਂਗੂ, ਕਰਨਦੀਪ ਦਾ ਜੀ ਮੈਂ ਤੈਨੂੰ ਕਿਹਾ ਸੀ ਵੀ ਰੰਗਦਾਰ ਕੋਈ ਲੈ ਲਾ, ਉਹ ਕਹਿੰਦੀ ਮੈਨੂੰ ਵਾਈਟ ਪਸੰਦ ਹੈ, ਮੈਂ ਕਿਹਾ ਲੈ ਲਾ ਫਿਰ। ਬੜੀ ਵਧੀਆ ਡੋਲ ਜੀ ਬਣੀ ਦਿੱਤੇ ਵਿਖਾਈ ਸੁਨੀਲ,
ਤੇ ਕਾ ਕਰਨ ਦਾ ਬਸ ਲੈ ਵੀ ਕਿਰਨ ਦੀਦੀ ਹੁਣਾਂ ਵੱਲ ਆਪਾਂ ਨੂੰ ਫਿਰ ਜਾਣਾ ਪੈਣਾ ਮੈਨੂੰ ਅਤੇ ਡੈਡੀ ਜੀ ਨੂੰ ਆਪਣਾ ਚਾਰਜਰ ਜਿਹੜਾ ਨਹੀਂ ਉੱਥੇ ਰਹਿ ਗਿਆ ਵਾ ਉਹਨਾਂ ਦੇ ਘਰੇ ਹੀ ਕਿਉਂਕਿ ਤੁਹਾਨੂੰ ਪਤਾ ਚਾਰਜਰ ਤਾਂ ਬਿਨਾਂ ਦੇ ਗੱਡੀ ਨਹੀਂ ਚੱਲਦੀ ਹੈ ਨਾ ਫੋਨ ਭਾਵੇਂ ਰਹਿ ਜੇ ਪਰ ਚਾਰਜਰ ਮੇਨ ਜ਼ਰੂਰੀ ਹੁੰਦਾ ਹੈ ਤੁਹਾਨੂੰ ਪਤਾ ਚਾਰਜਰ ਤੋਂ ਬਿਨਾਂ ਦੇ ਵਲੋਗ ਵੀ ਨਹੀਂ ਐਡਿਟ ਹੋਣਾ ਦੇ ਚਾਰਜਰ 'ਤੇ ਸਾਰਾ ਰਹਿ ਗਿਆ ਸਿਰਫ ਫੋਨ ਦਾ 10-15% ਰਹਿ ਗਿਆ ਇੱਕ ਦੋ ਸੂਟ ਜੇ ਲਿਆਉਂਦੇ ਆ ਹੋਰ ਵੀ ਵਿਖਾ ਦੇਗਾ ਆ ਕਰਨਾ ਨਾ ਜਿਹਾ ਲਿਆਣਾ ਉੱਥੇ ਬਣਿਆ ਗੁੱਡੀ ਗੁੱਡਾ ਗੁੱਡੀ ਗੁੱਡਾ ਬਣਿਆ ਕਮੀਜ਼ ਤੇ ਟੀ ਸ਼ਰਟ ਦਿੱਤੀ ਇੱਧਰ ਚੋਣਾ ਇਹ ਕੀ ਬਣਿਆ ਚੋਣਾ ਚੋਣਾ ਇੱਦਾਂ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਵਲੋਗ 'ਚ ਵਧੀਆ ਜਿਹਾ ਵਲੋਗ ਲੱਗਿਆ ਤਾਂ ਤਕਲੀਫ ਬਾਏ ਬਾਏ ਸਤਿ ਸ਼੍ਰੀ ਅਕਾਲ